ਅੱਜ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੇ ਇਹ ਕਿਹਾ ਵੀ ਜੋ ਇਨਫਲੇਸ਼ਨ ਹੈਗੀ ਆ ਇਹ ਅਨਐਕਸੈਪਟੇਬਲੀ ਹਾਈ ਹੈਗੀ ਆ, ਪਰ ਇੰਨੀ ਬੁਰੀ ਨਹੀਂ ਜਿੰਨੀ ਦਿਸਦੀ ਹੈਗੀ ਆ। ਇਹ ਅੱਜ ਪ੍ਰੈਜ਼ੀਡੈਂਟ ਨੇ ਸਟੇਟਮੈਂਟ ਦਿੱਤੀ ਹੈਗੀ ਆ। ਫੋਸਲ ਫਿਊਲ ਪ੍ਰੋਜੈਕਟ ਦੇ ਉੱਤੇ ਵਾਈਟ ਹਾਊਸ ਕਹਿੰਦੇ ਆ ਵੀ ਅਸੀਂ ਕਲਾਈਮੇਟ ਡੀਲ ਬਣਾ ਲਵਾਂਗੇ, ਤੇ ਡੈਮੋਕ੍ਰੇਟਿਕ ਸੈਨੇਟ ਕੈਂਡੀਡੇਟਸ ਵੀ ਜੋ ਕੋਸ਼ਿਸ਼ ਕਰ ਰਹੇ ਆ ਫੰਡ ਰੇਜ਼ਿੰਗ ਦੇ ਲਈ, ਕਿਉਂਕਿ ਇਲੈਕਸ਼ਨ ਆਣੀ ਆ, ਤੇ ਪੋਜੀਸ਼ਨ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਦੀ ਕਾਫੀ ਮਾੜੀ ਹੈਗੀ ਆ ਸਰਵੇ ਦੇ ਮੁਤਾਬਕ, ਤੇ ਇਸ ਕਰਕੇ ਕਾਫੀ ਜ਼ਿਆਦਾ ਜਿਹੜਾ ਡੈਮੋਕ੍ਰੇਟਿਕ ਪਾਰਟੀ ਦੇ ਵਿੱਚ ਜ਼ੋਰ ਲੱਗਾ ਹੋਇਆ ਹੈ ਇਨਫਲੇਸ਼ਨ ਨੂੰ ਜਲਦੀ ਤੋਂ ਜਲਦੀ ਕਿੱਦਾਂ ਕੰਟਰੋਲ ਕੀਤਾ ਜਾਵੇ। ਪਹਿਲਾ ਟ੍ਰਿਪ ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ ਅੱਜ ਇਜ਼ਰਾਈਲ ਨੂੰ ਗਏ ਹੈਗੇ ਆ, ਉੱਥੇ ਤੈਲ ਅਵੀਵ ਦੇ ਵਿੱਚ ਉਹ ਮਿਲੇ ਆ, ਉਸ ਦੇ ਵਿੱਚ ਜੋ ਉੱਥੇ ਦੇ ਲੀਡਰਸ ਆ ਉਹਨਾਂ ਦੇ ਨਾਲ, ਇਸ ਤੋਂ ਬਿਨਾਂ ਉਹਨਾਂ ਦੇ ਨਾਲ ਕੁਝ ਯੂਐਸ ਦੇ ਸੈਨੇਟਰ ਵੀ ਹੈਗੇ ਆ, ਵਾਈਸ ਪ੍ਰੈਜ਼ੀਡੈਂਟ, ਤੇ ਇਸੇ ਤਰ੍ਹਾਂ ਇਸ ਤੋਂ ਬਾਅਦ ਉਹ ਸਾਊਦੀ ਅਰੇਬੀਆ ਦੇ ਵਿੱਚ ਵੀ ਜਾਣਗੇ। ਜੀ ਬਿਲਕੁਲ। ਸੋ 2 ਦਿਨਾਂ ਦਾ ਜਿਹੜਾ ਇਹ ਦੌਰਾ ਹੈਗਾ ਮਿਡਲ ਈਸਟਰਨ ਕੰਟਰੀਜ਼ ਦੇ ਜਿਹੜੇ ਲੀਡਰਸ ਆ ਉਹਨਾਂ ਦੇ ਨਾਲ ਅੱਜ ਜਿਹੜਾ ਇਜ਼ਰਾਈਲ ਦੇ ਵਿੱਚ ਇਹ ਟੱਚ ਡਾਊਨ ਹੋਏ ਆ, ਜਿੱਥੇ ਇਹ ਯਾਰਡ ਵੇਸ਼ਮ ਜਿਹੜਾ ਕਿ 6 ਮਿਲੀਅਨ ਜਿਊਇਸ਼ ਜਿਨ੍ਹਾਂ ਨੂੰ ਮਾਰਿਆ ਗਿਆ ਸੀਗਾ ਉਹਨਾਂ ਦੀ ਯਾਦ ਦੇ ਵਿੱਚ ਜਿਹੜਾ ਇਹ ਬਣਾਈ ਗਈ ਥਾਂ ਆ ਉੱਥੇ ਅਰਾਈਵਲ ਸੈਰੇਮਨੀ ਦੇ ਉੱਤੇ ਜਿਹੜੇ ਉਹ ਪਹੁੰਚੇ ਸੀਗੇ। ਸੋ ਹੋਲੋਕੌਸਟ ਦੇ ਹੋਰਰ ਨੂੰ ਯਾਦ ਕਰਦੇ ਹੋਏ ਤੇ ਹੋਲੋਕੌਸਟ ਦੇ ਵਿਕਟਮਸ ਆ ਪੀੜਤ ਆ ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਦੇ ਲਈ ਉੱਥੇ ਪਹੁੰਚੇ ਹੋਏ ਸੀਗੇ। ਅਗਲੀ ਹੋਰ ਵੱਲ ਚਲੀਏ ਤੇ ਅੱਜ ਜੋ ਯੋਸੀਮਿਟੀ ਨੈਸ਼ਨਲ ਪਾਰਕ ਦੇ ਵਿੱਚ ਵਾਸ਼ਬੋਰਨ ਫਾਇਰ ਲੱਗੀ ਹੋਈ ਆ ਉਹ 3700 ਤੋਂ ਵੱਧ ਏਕੜ ਦੇ ਵਿੱਚ ਫੈਲ ਚੁੱਕੀ ਹੈਗੀ ਆ। ਸਿਰਫ 17% ਹੁਣ ਤੱਕ ਕੰਟੇਨਡ ਆ ਜਿੰਨੀ ਕ ਲੇਟੈਸਟ ਖਬਰ ਸਾਨੂੰ ਮਿਲੀ ਹੈਗੀ ਆ। ਕ੍ਰਿਊ ਜੋ ਫਾਇਰ ਕ੍ਰਿਊ ਆ ਉਹ ਪੂਰੀ ਤਰ੍ਹਾਂ ਕੋਸ਼ਿਸ਼ ਕਰ ਰਿਹਾ ਇਸ ਨੂੰ ਬੁਝਾਉਣ ਦੀ। ਹਾਈਵੇ 41 ਐਂਟਰੈਂਸ ਦੇ ਲਾਗੇ ਕਲੋਜ਼ ਕਰ ਦਿੱਤਾ ਗਿਆ ਯੋਸੀਮਿਟੀ ਪਾਰਕ ਦੇ ਲਾਗੇ। ਵਿਸ਼ਵਨ ਫਾਇਰ ਮੈਰੀਪੋਸਾ ਗਰੋਵ ਤੇ ਜਾਇੰਟ ਸਕੁਆਇਰਸ ਦੇ ਲਾਗੇ ਜਿਹੜੀ ਆ ਲੱਗਣੀ ਅੱਗ ਲੱਗਣੀ ਸ਼ੁਰੂ ਹੋਈ ਸੀ, ਜਿਹਦੇ ਨਾਲ 3772 ਏਕੜ ਹੁਣ ਤੱਕ ਸੜ ਕੇ ਸੁਆਹ ਹੋ ਚੁੱਕੇ ਹੈਗੇ ਆ। 1000 ਦੇ ਕਰੀਬ ਫਾਇਰ ਫਾਈਟਰਸ ਇਹਦੇ ਉੱਤੇ ਕੰਮ ਕਰ ਰਹੇ ਆ ਬੁਝਾਉਣ ਦੇ ਲਈ, ਜੋ ਕਿ ਪੂਰੇ ਕੈਲੀਫੋਰਨੀਆ ਦੇ ਵਿੱਚੋਂ ਪਹੁੰਚੇ ਹੋਏ ਹੈਗੇ ਆ। ਸੋ ਕਹਿੰਦੇ ਪਈ ਗਰਮੀ ਵੀ ਕਾਫੀ ਆ, ਹਵਾ ਵੀ ਕਾਫੀ ਤੇਜ਼ ਚੱਲ ਰਹੀ ਆ, ਪਰ ਮੈਰੀਪੋਸਾ ਗਰੋਵ ਜੋ ਏਰੀਆ ਆ 500 ਤੋਂ ਵੱਧ ਉੱਥੇ ਮੈਚਿਓਰ ਵੱਡੇ ਜਾਇੰਟ ਸਕੁਆਇਰਸ ਦੇ ਟ੍ਰੀ ਹੈਗੇ ਆ, ਬਹੁਤ ਵੱਡੇ ਵੱਡੇ ਟ੍ਰੀ ਆ। 1864 ਦੇ ਵਿੱਚ ਪ੍ਰੈਜ਼ੀਡੈਂਟ ਲਿੰਕਨ ਨੇ ਇੱਕ ਲੈਜਿਸਲੇਸ਼ਨ ਸਾਈਨ ਕੀਤਾ ਸੀ, ਉਹਦੇ ਨਾਲ ਮੈਰੀਪੋਸਾ ਗਰੋਵ ਨੂੰ ਪ੍ਰੋਟੈਕਟ ਕੀਤਾ ਜਾ ਸਕੇ। ਸੋ ਉੱਥੇ ਕਿਸੇ ਤਰ੍ਹਾਂ ਦੀ ਕੋਈ ਕੱਟ ਵੱਡ ਇਹਨਾਂ ਟ੍ਰੀਜ਼ ਦੇ ਵਿੱਚ ਜਾਂ ਜੰਗਲਾਤ ਦੇ ਵਿੱਚ ਨਹੀਂ ਹੋਈ ਹੈਗੀ। 75,000 ਤੋਂ ਵੱਧ ਸਕੁਆਇਰਸ ਸਿਆਰਾ ਦੀਆਂ ਪਹਾੜੀਆਂ ਦੇ ਵਿੱਚ ਹੈਗੇ ਆ। ਜੀ ਅੱਗ ਜ਼ਰੂਰ ਫੈਲੀ ਹੈ, ਪਰ ਜਿੱਦਾਂ ਦੱਸ ਰਹੇ ਹਾਂ ਵੀ ਜਿਹੜੇ ਜਾਇੰਟ ਸਿਕੋਵਾਸ ਜਿਹੜੇ 200 ਫੁੱਟ ਤੋਂ ਵੀ ਉੱਚੇ ਟ੍ਰੀ ਇਸ ਦੇ ਵਿੱਚ ਕਈ ਹੈਗੇ ਨੇ, ਉਹਨਾਂ ਦਾ ਬਚਾਅ ਜਿਹੜਾ ਉਹ ਹੋਇਆ ਆ। ਜਿਹੜੇ ਕਹਿੰਦੇ ਵੀ ਕੰਟਰੋਲਡ ਫਾਇਰ ਇਸ ਦੇ ਇਰਦ ਗਿਰਦ ਪਹਿਲਾਂ ਕੀਤੀਆਂ ਗਈਆਂ ਸੀਗੀਆਂ ਉਸ ਦੇ ਕਰਕੇ ਇਹਨਾਂ ਜਾਇੰਟ ਸਿਕੋਵਾਸ ਦਾ ਬਚਾਅ ਹੋਇਆ ਹੈ।